ਗੱਲ ਸੁਣਨੀ ਸਨ ਸੰਤਾਲੀਏ ਤੂੰ ਮਾਰੀ ਕਿਉਂ ਡਾਢੀ ਮਾਰ ਪਿੰਡ ਬੇਲਿਆਂ ਦੇ ਵਿੱਚ ਬਦਲ ਗਏ ਅੱਜ ਲਾਲੇ ਹੋ ਗਏ ਨੰਗ ਮੰਦਰ ਮਸੀਤਾਂ ਟਹਿ ਗਈਆਂ ਅਤੇ ਉੱਥੇ ਉੱਗ ਪਈ ਹੁਣ ਭੰਗ ਅਸੀਂ ਆਪਣੀ ਮਾਂ ਨੂੰ ਵੰਡ ਲਿਆ ਅਤੇ ਘਰ ਵਿੱਚ ਲਾ ਲਈ ਜੰਗ ਇੱਧਰ ਬਣ ਗਏ ਚੌਧਰੀ ਜੋ ਉੱਧਰ ਸੀ ਨੰਗ ਲਾਲ ਦਿਸਦਾ ਸੀ ਰੰਗ ਰਾਵੀ ਦਾ ਮਾਂ ਬੋਲੀ ਹੋ ਗਈ ਹਡਰੰਗ ਜਿਨ੍ਹਾਂ ਨਾਲ ਸੀ ਬਚਪਨ ਬੀਤਿਆ ਉਹ ਪਲ ਵਿੱਚ ਛੱਡ ਗਏ ਸੰਗ ਚੜ੍ਹਦੇ ਦਿੱਲੀ ਰਹਿ ਗਈ ਅਤੇ ਲੈਂਦੇ ਰਹਿ ਗਿਆ ਚੰਗ ਸੰਦੀਪ ਢਿੱਲੋਂ ਅੱਜ ਧਰਤੀ ਨੂੰ ਵੇਖ ਚੜ੍ਹਿਆ ਕਿਹੜਾ ਰੰਗ ਸਭ ਤੋਂ ਪਹਿਲਾਂ ਪੰਜਾਬੀ ਲਹਿਰ ਦੀ ਸਾਰੀ ਟੀਮ ਵੱਲੋਂ ਪਿਆਰ ਭਰਿਆ ਸਲਾਮ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਪੰਜਾਬ ਦੀ ਵੰਡ ਅਤੇ ਉਜਾੜਿਆਂ ਦੀਆਂ ਦਾਸਤਾਨਾਂ ਅਤੇ ਸੰਤਾਲੀ ਦੀ ਵੰਡ ਤੋਂ ਪਹਿਲੇ ਦੇ ਹਾਲਾਤਾਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚਕਾਰ ਸਾਂਝਾਂ ਨੂੰ ਵਧਾਉਣ ਦੀਆਂ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਨੂੰ ਲੈ ਕੇ ਅੱਜ ਪੰਜਾਬੀ ਲਹਿਰ ਦੀ ਟੀਮ ਪਹੁੰਚੀ ਆ ਡਿਸਟ੍ਰਿਕਟ ਸਿਆਲਕੋਟ ਦੀ ਤਹਿਸੀਲ ਡਸਕਾ ਦਾ ਇੱਕ ਬੜਾ ਖੂਬਸੂਰਤ ਪਿੰਡ ਜਾਮਕੇ ਚੀਮੇ ਇਸ ਪਿੰਡ ਤੋਂ ਉੱਠ ਕੇ ਗਏ ਕਾਫੀ ਲੋਕਾਂ ਦੀਆਂ ਰਿਕੁਐਸਟਾਂ ਸਾਡੇ ਤੱਕ ਪਹੁੰਚੀਆਂ ਉਹਨਾਂ ਸਭ ਦੋਸਤਾਂ ਲਈ ਅਤੇ ਖਾਸੋ ਖਾਸ ਸਾਡੀ ਸਤਿਕਾਰਯੋਗ ਮਾਣਯੋਗ ਮਾਂ ਜੀ ਸੁਰਜੀਤ ਕੌਰ ਜਿਨ੍ਹਾਂ ਦਾ ਇੰਟਰਵਿਊ ਰੀਸੈਂਟਲੀ ਸਾਂਵਲ ਧਾਮੀ ਸਾਹਿਬ ਨੇ ਰਿਕਾਰਡ ਕਰਕੇ ਤੁਹਾਡੇ ਰੂਬਰੂ ਪੇਸ਼ ਕੀਤਾ ਸੀ ਉਹ ਸਾਡੇ ਤੱਕ ਵੀ ਪਹੁੰਚਿਆ ਇਸ ਸਕਰੀਨ 'ਤੇ ਤੁਸੀਂ ਵੇਖ ਸਕਦੇ ਹੋ ਸੁਰਜੀਤ ਕੌਰ ਜੀ ਆਂਟੀ ਜੀ ਕਿੱਥੇ ਹੋਇਆ ਸੀ ਤੁਹਾਡਾ ਜਨਮ ਕਿਹੜਾ ਪਿੰਡ ਸੀ ਮੇਰਾ ਜਨਮ ਜਾਮਕੇ ਤਹਿਸੀਲ ਡਸਕਾ ਔਰ ਜ਼ਿਲ੍ਹਾ ਸਿਆਲਕੋਟ ਜ਼ਿਲ੍ਹਾ ਸਿਆਲਕੋਟ ਹਾਂਜੀ ਹਾਂਜੀ ਠੀਕ ਉੱਥੇ ਜਿਹੜਾ ਜਾਮਕੇ ਪਿੰਡ ਸੀਗਾ ਜੀ ਹਾਂਜੀ ਉਹ ਡਸਕੇ ਤੋਂ ਕਿਸ ਪਾਸੇ ਸੀ ਕਿੰਨੀ ਕੁ ਦੂਰ ਸੀਗਾ ਉਹ ਪਿੰਡ ਨਹੀਂ ਸੀ ਟਾਊਨ ਸੀ ਹਾਂਜੀ ਕਸਬਾ ਟਾਈਪ ਸੀ ਹਾਂ ਕਸਬਾ ਮਿਊਨਿਸਪਲ ਕਮੇਟੀ ਸੀ ਜੀ ਜੀ ਲੜਕਿਆਂ ਦਾ ਹਾਈ ਸਕੂਲ ਸੀ ਜੀ ਲੜਕੀਆਂ ਦੇ ਪ੍ਰਾਇਮਰੀ ਸਕੂਲ ਸਨ ਜੀ ਔਰ ਹਸਪੀਟਲ ਸੀ ਠੀਕ ਹਾਂਜੀ ਔਰ ਬਾਕੀ ਉਹ ਡਸਕੇ ਤੋਂ ਸਿਆਲਕੋਟ ਸਾਈਡ ਵੱਲ ਸੀ ਇੱਕ ਕੱਚੀ ਸੜਕ ਜਾਂਦੀ ਸੀ ਸਿਆਲਕੋਟ ਇੱਕ ਜਾਂਦੇ ਸੀ ਪੱਕੀ ਸੰਭੜਿਆਲ ਨੂੰ ਆਉਂਦੇ ਸੀ ਆਦਮ ਕੀ ਹਾਂਜੀ ਆਦਮ ਕੀ ਬਿਲਕੁਲ ਆਦਮ ਕੀ ਜਿੱਥੇ ਬਾਬਾ ਖੜਕ ਸਿੰਘ ਨਾ ਬੜੇ ਬਹੁਤ ਬਹੁਤ ਹਾਂਜੀ ਅਸੀਂ ਉਹਦੀਆਂ ਅਟੈਂਡ ਕੀਤੀਆਂ ਐਮਆਰ ਕਾਨਫਰੰਸ ਮੇਰੇ ਪੁਆਇੰਟ ਨੂੰ ਮਾਲ ਜਾਂਦੇ ਮਾਂ ਜੀ ਸੁਰਜੀਤ ਕੌਰ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੁਸੀਂ ਸੁਣ ਸਕਦੇ ਹੋ ਇਸੇ ਹੀ ਇੰਟਰਵਿਊ ਦੀ ਅਗਲੀ ਕਿਸ਼ਤ ਪੇਸ਼ ਕਰਨ ਲਈ ਅੱਜ ਅਸੀਂ ਪਹੁੰਚੇ ਹਾਂ ਜਾਮਕੇ ਚੀਮੇ ਮੈਂ ਜ਼ਾਤੀ ਤੌਰ 'ਤੇ ਗੱਲ ਕਰਾਂ ਤਾਂ ਮਾਂ ਜੀ ਦਾ ਸੁਭਾਅ ਅਤੇ ਉਹਨਾਂ ਦੀਆਂ ਨਿੱਘੀਆਂ ਅਤੇ ਮਿੱਠੀਆਂ ਗੱਲਾਂ ਬਹੁਤ ਸੋਹਣੀਆਂ ਲੱਗੀਆਂ ਇਹਨਾਂ ਦੀਆਂ ਗੱਲਾਂ 'ਚੋਂ ਮੈਨੂੰ ਇੰਝ ਲੱਗਾ ਜਿਵੇਂ ਮੇਰੀ ਆਪਣੀ ਮਾਂ ਦਾਦੀ ਬੋਲਦੀ ਪਈ ਹੈ ਮੇਰੇ ਵੱਲੋਂ ਮਾਂ ਜੀ ਨੂੰ ਬਹੁਤ ਸਾਰਾ ਸਲਾਮ ਅਤੇ ਇਹ ਵੀਡੀਓ ਜੋ ਤੁਹਾਡੇ ਰੂਬਰੂ ਪੇਸ਼ ਕਰ ਰਹੇ ਹਾਂ ਇਹ ਜਾਮਕੇ ਚੀਮੇ ਦੀ ਇਹ ਖਾਸੋ ਖਾਸ ਸਪੈਸ਼ਲ ਤੌਰ 'ਤੇ ਮਾਂ ਜੀ ਸੁਰਜੀਤ ਕੌਰ ਲਈ ਪੰਜਾਬੀ ਲਹਿਰ ਦੀ ਟੀਮ ਵੱਲੋਂ ਇੱਕ ਨਿੱਕਾ ਜਿਹਾ ਗਿਫਟ ਇਸ ਪਿੰਡ ਵਿੱਚ ਕਾਫੀ ਜ਼ਿਆਦਾ ਆਬਾਦੀ ਚੀਮਾ ਬਰਾਦਰੀ ਦੀ ਵਸਤੀ ਸੀ 47 ਦੀ ਵੰਡ ਤੋਂ ਪਹਿਲਾਂ ਅਤੇ ਹੁਣ ਵੀ ਚੀਮਾ ਬਰਾਦਰੀ ਦੇ ਕਾਫੀ ਸਾਰੇ ਪਰਿਵਾਰ ਇਸ ਪਿੰਡ ਵਿੱਚ ਆਬਾਦ ਨੇ 47 ਦੀ ਵੰਡ ਤੋਂ ਪਹਿਲਾਂ ਹੀ ਇਹ ਪਿੰਡ ਬਹੁਤ ਐਡਵਾਂਸ ਸੀ ਅਤੇ ਪੜ੍ਹਿਆ ਲਿਖਿਆ ਮੰਨਿਆ ਜਾਂਦਾ ਸੀ 47 ਦੀ ਵੰਡ ਤੋਂ ਪਹਿਲਾਂ ਹੀ ਇਸ ਪਿੰਡ ਵਿੱਚ ਹਾਈ ਸਕੂਲ ਬੱਚੀਆਂ ਅਤੇ ਬੱਚਿਆਂ ਦਾ ਦਾਖਾਨਾ ਕਮਿਊਨਿਟੀ ਸੈਂਟਰ ਅਤੇ ਹਸਪਤਾਲ ਵੀ ਸੀ ਆਓ ਚੱਲਦੇ ਹਾਂ ਪਿੰਡ ਅਤੇ ਗੱਲਬਾਤ ਸਾਂਝੀ ਕਰਾਂਗੇ ਇਸ ਪਿੰਡ ਦੇ ਵਾਸੀਆਂ ਨਾਲ ਅਤੇ ਵਿਖਾਵਾਂਗੇ ਤੁਹਾਨੂੰ ਇਸ ਪਿੰਡ ਦੀਆਂ ਗਲੀਆਂ ਮੁਹੱਲੇ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕਰਾਂਗੇ ਅਤੇ ਜਿਨ੍ਹਾਂ ਜਿਨ੍ਹਾਂ ਦੋਸਤਾਂ ਨੂੰ ਇਹ ਸਾਡੀ ਨਿੱਕੀ ਜਿੰਨੀ ਕੋਸ਼ਿਸ਼ ਪਸੰਦ ਆਏ ਤਾਂ ਸਾਡਾ ਚੈਨਲ ਪੰਜਾਬੀ ਲਹਿਰ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀਆਂ ਵੀਡੀਓਜ਼ ਜਾਂ ਧਾਰਮਿਕ ਸਥਾਨਾਂ ਦੀਆਂ ਵੀਡੀਓਜ਼ ਜਿਹੜੀਆਂ ਅਸੀਂ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੁੰਦੇ ਰਹੀਦਾ ਤੁਹਾਡੇ ਤੱਕ ਪਹੁੰਚ ਸਕਣ ਅਸਲਾਮ ਅਲੈਕੁਮ ਅਸੀਂ ਪਹੁੰਚੇ ਅੱਜ ਪਿੰਡ ਜਾਮਕੇ ਚੀਮੇ ਪੰਜਾਬੀ ਲਹਿਰ ਦੀ ਟੀਮ ਅੱਜ ਪਹੁੰਚੀ ਹੈ ਪਿੰਡ ਜਾਮਕੇ ਚੀਮੇ ਇੱਥੋਂ ਜਿਹੜੇ 47 ਦੀ ਵੰਡ ਤੋਂ ਪਹਿਲਾਂ ਜਿਹੜੇ ਫੈਮਲੀਆਂ ਉੱਠ ਕੇ ਗਈਆਂ ਸਨ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਇੱਕ ਬੀਬੀ ਇੱਕ ਸਾਂਵਲ ਧਾਮੀ ਸਾਹਿਬ ਨੇ ਇੰਟਰਵਿਊ ਕੀਤਾ ਸੀ ਬੀਬੀ ਹੋਣਾਂ ਦਾ ਉਹਨਾਂ ਦੇ ਵੱਡ ਵਡੇਰਿਆਂ ਦੇ ਵੱਡ ਵੀ ਪੁੱਛਣ ਲਈ ਅਤੇ ਅਨਫੋਰਚੁਨੇਟਲੀ ਸਾਨੂੰ ਇੱਥੇ ਕੋਈ ਬਜ਼ੁਰਗ ਉਸ ਈਰਾ ਦਾ ਨਹੀਂ ਮਿਲਿਆ ਇੱਕ ਬਜ਼ੁਰਗ ਮਿਲੇ ਨੇ ਇਹਨਾਂ ਕੋਲ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਜਿਹੜੀ ਆ ਤੁਹਾਡੇ ਤੱਕ ਸ਼ੇਅਰ ਕਰਦੇ ਹਾਂ ਅਸਲਾਮੁ ਅਲੈਕੁਮ ਵਾਲੈਕੁਮ ਸਲਾਮ ਇਹ ਨਾਂ ਕੀ ਤੁਹਾਡਾ ਮੁਹੰਮਦ ਮੁਸ਼ਤਾਕ ਮੁਹੰਮਦ ਮੁਸ਼ਤਾਕ ਅਤੇ ਅੱਬਾ ਜੀ ਤੁਹਾਡੇ ਦਾ ਮੁਹੰਮਦ ਹੁਸੈਨ ਬਰਾਦਰੀ ਕਿਹੜੀ ਆਪਣੀ ਘੁਮਿਆਰ ਘੁਮਿਆਰ
ਤੇ ਤੁਸੀਂ ਇੱਥੋਂ ਦੇ ਵਸੇਂਦੇ ਹੀ ਜੇ ਜਾਂ ਉੱਧਰੋਂ ਆਏ ਜੇ ਉੱਠ ਕੇ? ਨਹੀਂ, ਅਸੀਂ ਇੱਥੋਂ ਦੇ ਹੀ ਆ। ਵਸੇਂਦੇ ਜੀ ਇੱਥੋਂ ਦੇ? ਤੇ ਹੁਣ ਕੰਮ ਕਾਰ ਆਪਣਾ ਕੀ ਆ? ਇੱਕ ਨੇ ਜੁੱਤੀਆਂ ਦੀ ਦੁਕਾਨ ਪਾਈ, ਇੱਕ ਮੋਸੇ ਦੇ ਅੱਡੇ ਦੀ ਦੁਕਾਨ ਪਾਈ। ਅੱਛਾ, ਤੇ ਪਹਿਲਾਂ ਜਦੋਂ ਵੰਡ ਨਹੀਂ ਸੀ ਹੋਈ 47 ਤੋਂ ਪਹਿਲਾਂ, ਉਦੋਂ ਆਪਣਾ ਕੰਮ ਬਰਤਨਾਂ ਦਾ ਹੀ ਸੀ? ਹਾਂ, ਭਾਂਡੇ ਬਣਾਉਣ ਦਾ, ਭਾਂਡੇ ਵਾਲਾ ਹੀ ਕੰਮ, ਮਿੱਟੀ ਦਾ। ਮਿੱਟੀ ਦਾ ਹੀ? ਠੀਕ ਹੈ। ਅੱਛਾ, ਇਹ ਦੱਸੋ ਤੁਸੀਂ, ਆਪਾਂ ਤੁਹਾਡੇ ਕੋਲ ਵੰਡ ਦੀ ਪੁੱਛਣੀ ਆ ਕਿ ਆਪਣਾ ਪਿੰਡ ਉਦੋਂ ਵੀ ਬੜਾ ਵੱਡਾ ਸੀ, ਸੁਣਿਆ ਸਕੂਲ ਵੀ ਸੀ, ਹਸਪਤਾਲ ਵੀ ਸੀ, ਸਾਰਾ ਕੁਛ ਸੀ ਇਸ ਪਿੰਡ ਦੇ ਵਿੱਚ, ਤਾਂ ਦਫ਼ਤਰ ਵੀ ਸੀ ਆਪਣੇ ਕੌਂਸਲ ਦੇ, ਮਿਊਂਸੀਪਲ ਕਮੇਟੀ ਦੇ? ਨਹੀਂ, ਕਮੇਟੀ ਟਾਊਨ ਕਮੇਟੀ ਆ ਸੀ, ਟਾਊਨ ਕਮੇਟੀ ਆ ਸੀ, ਇਹ ਹਸਪਤਾਲ ਸੀ। ਜਿਹੜਾ ਤੁਹਾਨੂੰ ਪਟਵਾਰਖਾਨਾ ਦਿਖਾ ਕੇ ਆਉਂਦਾ ਨਾ, ਇਹ ਹਸਪਤਾਲ, ਇਹ ਹਸਪਤਾਲ, ਜਿਹੜਾ ਪਟਵਾਰਖਾਨਾ ਹਸਪਤਾਲ ਸੀ, ਇਹ ਹਸਪਤਾਲ ਸੀ। ਅਤੇ ਸਕੂਲ ਸਾਡੇ ਜੰਮਣ ਤੋਂ ਪਹਿਲਾਂ ਦਾ ਹੀ ਹੈ, ਉਹ ਜਿਹੜਾ ਉਹ ਪੁਰਾਣਾ ਹਾਈ ਸਕੂਲ ਜਿਹੜਾ, ਉਹ ਕੱਚੀ ਤੋਂ ਲੱਗ ਕੇ ਦਸਵੀਂ ਜਮਾਤ ਤੀਕ ਸਕੂਲ ਸੀ। ਆਹ ਪ੍ਰਾਇਮਰੀ ਜਦੋਂ ਉਦੋਂ ਬਣੇ ਨੇ ਜਦੋਂ ਪਾਕਿਸਤਾਨ ਬਣਿਆ, ਹਕੂਮਤ ਨੇ ਹਰ ਮਸਜਿਦ ਦਾ ਐਲਾਨ ਕੀਤਾ ਵੀ ਸਕੂਲ ਬਣਾਓ ਪ੍ਰਾਇਮਰੀ ਪੰਜ ਜਮਾਤ ਤੀਕ। ਇਹ ਬਾਅਦ 'ਚ ਬਣੇ ਨੇ, ਪਹਿਲਾਂ ਕੋਈ ਨਹੀਂ ਸਰ। ਠੀਕ ਹੈ। ਕੋਈ ਸਕੂਲ ਨਹੀਂ ਸੀ ਪਹਿਲਾਂ, ਉਹ ਹੀ ਸੀ ਸਕੂਲ ਜਿਹੜਾ, ਉਹ ਹੀ ਸੀ। ਉਹ ਕਿੰਨਵੀਂ ਤੱਕ ਸੀ ਉਦੋਂ? ਦਸਵੀਂ ਤੀਕ। ਦਸਵੀਂ ਤੋਂ ਬੜੀ ਗੱਲ ਹੈ, ਉਦੋਂ ਵੀ ਦਸਵੀਂ ਤੱਕ ਸਕੂਲ ਪਿੰਡ ਦੇ ਵਿੱਚ। ਅੱਛਾ, ਪਿੰਡ ਦੇ ਵਿੱਚ ਆਬਾਦੀ ਸੀ ਸਰਦਾਰਾਂ ਦੀ, ਮੁਸਲਮਾਨਾਂ ਦੀ, ਹਿੰਦੂਆਂ ਦੀ? ਅੱਛਾ, ਅਤੇ ਉਹ ਜਾਣਦੇ ਹੋ ਵੀ ਇਹਨਾਂ ਦਾ ਸਰਪੰਚ ਕੌਣ ਸੀ ਸਰਦਾਰਾਂ ਦਾ, ਜਾਂ ਕੋਈ ਬੰਦਿਆਂ ਨੂੰ ਜਾਣਦੇ ਹੋ? ਉਦੋਂ ਮੈਂਬਰ ਸ਼ਿੰਬਰ ਤਾਂ ਹੈ ਕੋਈ ਨਹੀਂ ਸਨ, ਕਮੇਟੀ ਸੀ, ਕਮੇਟੀ ਸੀ, ਠੀਕ, ਟਾਊਨ ਕਮੇਟੀ। ਅਤੇ ਉਹ ਜਿਹੜਾ ਮੈਂ ਦੱਸਿਆ ਨਾ, ਇਹ ਤੇਜਾ ਸਿੰਘ, ਹਾਂਜੀ, ਉਹ ਸੀ, ਠੀਕ ਹੈ, ਪਿੰਡ ਦਾ, ਕਿਉਂ ਉਹ ਜ਼ੈਲਦਾਰ ਸੀ, ਤੇਜਾ ਸਿੰਘ ਜ਼ੈਲਦਾਰ ਸੀ, ਹਾਂ, ਠੀਕ ਹੈ। ਉਹ ਕੋਈ ਲੜਾਈ ਕਾਮਾ ਹੁੰਦਾ ਸੀ ਨਾ, ਜਾਂ ਕੋਈ ਸ਼ਾਇਦ ਇਹਨੂੰ ਸੱਦਦੇ ਸਨ ਉੱਥੇ ਕਮੇਟੀ ਘਰ, ਅਤੇ ਇਹਨਾਂ ਦਾ ਉਦੋਂ ਇਹ ਸੀ ਸੁਲਾਹ ਕਰਾਉਂਦੇ ਹੈ, ਤਸਵੀਰ ਜਿਹੜਾ ਇੱਕ ਦੂਸਰੇ ਦੀ ਖਾਰਬਾਜ਼ੀ ਨਹੀਂ ਸੀ, ਇਹਨੇ ਮਾਰਿਆ, ਇਹਨੇ ਮਾਰ ਛੱਡਿਆ, ਇਹਨੂੰ ਹਕੂਮਤ ਨੂੰ ਦਿਓ, ਇੰਜ ਕਰੋ, ਕੁਛ ਨਹੀਂ, ਚਲੋ ਉਹਦੀ ਅੱਲਾਹ ਵੱਲੋਂ ਇੰਜ ਹੀ ਲਿਖੀ ਸੀ, ਜੋ ਮਰ ਗਿਆ ਅਤੇ ਮਾਫ਼ ਕਰ ਦਿਓ, ਉਹਨਾਂ ਮਾਫ਼ ਕਰ ਦੇਣਾ। ਠੀਕ ਹੈ। ਤੁਸੀਂ ਨਾਂ ਦੱਸਦੇ ਹੋ ਸੇਲ ਸਿੰਘ ਹੋਣੀ, ਉਹ ਫੌਜੀ ਸਨ, ਉਹਨਾਂ ਦੇ ਨਾਂ ਦੂ ਚੌਂ ਜੀਆਂ ਦੇ ਪਤਾ ਕਿਹੜਾ ਕਿਹੜਾ ਸੀ? ਉਹਦੇ ਮੁੰਡਿਆਂ ਦਾ ਪਤਾ ਕਿਹੜਾ ਕਿਹੜਾ ਸੀ? ਮੁੰਡਾ ਇੱਕ ਦਾ ਨਾਂ ਸੀ ਗੁਰਬਚਨ ਸਿੰਘ, ਇੱਕ ਦਾ ਨਾਂ ਸੀ ਗੁਰਬਚਨ ਸਿੰਘ ਵੱਡਾ ਸੀ, ਸੇਲ ਸਿੰਘ ਪਿਓ ਸੀ ਉਹਨਾਂ ਦਾ, ਸੇਲ ਸਿੰਘ ਪਿਓ ਸੀ, ਠੀਕ ਹੈ। ਹਾਂ, ਜਿੰਦਰੀ, ਜਿੰਦਰੀ, ਜਿੰਦਰ ਸਿੰਘ, ਜਿੰਦਰ, ਦੋ ਮੁੰਡਿਆਂ ਦਾ ਮੈਨੂੰ ਪਤਾ, ਠੀਕ ਹੈ। ਇਹ ਫੌਜ 'ਚ ਮੁਲਾਜ਼ਮ ਸਨ, ਠੀਕ, ਅਤੇ ਜਰਮਨ ਰਹਿੰਦੇ ਸਨ, ਠੀਕ ਹੈ, ਜਰਮਨ, ਠੀਕ। ਉਹ ਇਹਨੂੰ ਦੇ ਗਈ ਸੀ, ਦੇ ਗਏ ਸਨ ਇਹਨੂੰ ਅਸਲਾ। ਅੱਛਾ, ਇਹ ਦੱਸੋ ਵੀ ਜਿਹੜੇ ਵਕੀਲ ਸਨ ਇੱਥੋਂ ਦੇ, ਉਹਨਾਂ ਬਾਰੇ ਕੋਈ ਪਤਾ ਜਿਹੜਾ ਤੂੰ ਦੱਸਣ ਡਿਆ? ਗੇਜੇ ਸਿੰਘ ਦਾ ਮੁੰਡਾ ਚੰਨਣ ਸਿੰਘ, ਚੰਨਣ ਸਿੰਘ ਹੈ ਸੀ ਸਹੀ ਵਕੀਲ, ਉਹ ਵਕੀਲ ਸੀ, ਅਤੇ ਚੰਨਣ ਸਿੰਘ ਦਾ ਉਹਦਾ ਇਹਦਾ ਨਹੀਂ ਸੀ ਮੁੰਡਾ, ਤੇਜਾ ਸਿੰਘ ਦਾ ਨਹੀਂ ਸੀ, ਉਹ ਕਿਹਦਾ ਸੀ? ਉਹਦੇ ਨਾਲ ਉਰਲੇ ਪਾਸੇ ਘਰ ਹੈ ਉਹਦਾ, ਜਿੱਥੇ ਐਸ ਪਾਸੇ ਗੁਰਦੌਰ ਰਹਿੰਦਾ ਸੀ, ਅਤੇ ਐਸ ਪਾਸੇ ਉਹਦਾ ਮਕਾਨ ਹੈ ਜਿੱਥੇ ਐਮ ਦਾ ਹੁੰਦਾ, ਉਹਦਾ ਨਾਂ ਕੀ ਸੀ? ਨਾਂ ਮੈਨੂੰ ਯਾਦ, 70 ਸਾਲ ਹੋ ਗਏ, 70 ਸਾਲ ਹੋ ਗਏ। ਤੇ ਜਦੋਂ ਜਦੋਂ ਇਸ ਪਾਸੇ ਦੀ ਕੂਣ ਬੋਲਣ ਆਉਣ ਜਾਣ ਖਤਮ ਹੋ ਜਾ, ਫਿਰ ਹਰ ਸ਼ਾਹ ਬੋਲ। ਅਤੇ ਆਪਾਂ ਮੁਮਤਾਜ਼ ਜਿਹੜੀ ਹੁੰਦੀ ਉਹ ਉਸਤਾਨੀ ਸੀ। ਆਪਾਂ ਮੁਮਤਾਜ਼ ਕੌਣ ਸੀ? ਉਸਤਾਨੀ। ਕਿੱਥੇ ਪੜ੍ਹਾਉਂਦੀ ਸੀ ਉਹ? ਐਸੇ ਹੁੰਦੇ ਹਨ ਘਰ ਤੇ ਉਹਨਾਂ ਦਾ ਸੀ ਨਾ, ਮੰਡੀ ਵਾਲੀ ਗਲੀ 'ਚ। ਆਹੋ, ਤੇ ਪੜ੍ਹਾਉਂਦੇ, ਦਰਸ ਦਿੰਦੇ ਸਨ ਉਹ? ਮਦਰਸੇ ਪੜ੍ਹਾਉਂਦੇ ਸੀ, ਸਕੂਲ ਪੜ੍ਹਾਉਂਦੀ ਸੀ। ਗੱਲ ਕਰਨ ਡਿਆ ਸਾਂ ਬਾਬਾ ਜੀ ਨਾਲ, ਪੁੱਛੀਆਂ ਗੱਲਾਂ ਬਾਤਾਂ ਇਹਨਾਂ ਕੋਲ ਪਿੰਡ ਜਾਮਕੇ ਚੀਮੇ ਦੀਆਂ, ਅਤੇ ਜਿੰਨੀਆਂ ਕੁ ਬਾਬਾ ਜੀ ਨੂੰ ਪਤਾ ਸੀ ਤੁਹਾਡੇ ਤੱਕ ਸ਼ੇਅਰ ਕੀਤੀਆਂ, ਅਤੇ ਬਾਕੀ ਉਹ ਮਜ਼ੀਦ ਤੁਹਾਨੂੰ ਲੈ ਕੇ ਚੱਲਦੇ ਹਾਂ ਪਿੰਡ ਜਾਮਕੇ ਚੀਮੇ।
ਜਾਮਕੇ ਚੀਮੇ ਵਿਖਾਉਂਦੇ ਹਾਂ ਪਿੰਡ ਦੀਆਂ ਗਲੀਆਂ ਮੁਹੱਲੇ ਅਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਪਿੰਡ ਦੀਆਂ ਵੀਡੀਓ ਇਹਨਾਂ ਬਜ਼ੁਰਗਾਂ ਦੀ ਗੱਲਬਾਤ ਜਦੋਂ ਸਾਨੂੰ ਹੋਰ ਬਜ਼ੁਰਗ ਨੂੰ ਮਿਲੇ ਅਤੇ ਤੁਹਾਡੇ ਤੱਕ ਗੱਲ ਸਾਂਝੀ ਕਰਾਂਗੇ ਅਤੇ ਆਓ ਚੱਲਦੇ ਹਾਂ ਪਿੰਡ ਦੇਖਦੇ ਹਾਂ ਪਿੰਡ।